ਮਨਜੀਤ ਸਿੰਘ ਮੰਨਾ ਨੂੰ ਉਮੀਦਵਾਰ ਉਤਾਰਿਆ ਗਿਆ। ਸਾਡੇ ਨਾਲ ਮਨਜੀਤ ਸਿੰਘ ਮੰਨਾ ਜੀ ਮੌਜੂਦ ਨੇ। ਮਤਲਬ ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਹੁਣ ਇਸ ਵਕਤ ਜਿਹੜੀਆਂ ਨੇ ਚਾਰ ਪਾਰਟੀਆਂ ਚੋਣ ਮੈਦਾਨ 'ਚ ਨੇ? ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਅਕਾਲ ਪੁਰਖ ਦਾ, ਸੱਚੇ ਪਾਤਸ਼ਾਹ ਜੀ ਦਾ, ਕਿ ਜਿਨ੍ਹਾਂ ਨੇ ਬੜੀ ਵੱਡੀ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ ਕਿ ਇੱਕ ਨਿਮਾਣੇ ਜਿਹੇ ਵਰਕਰ ਨੂੰ ਬੜਾ ਵੱਡਾ ਮਾਣ ਬਖਸ਼ਿਆ। ਅਤੇ ਉਸ ਦੇ ਨਾਲ ਨਾਲ ਮੈਂ ਧੰਨਵਾਦੀ ਹਾਂ ਪਾਰਟੀ ਹਾਈਕਮਾਂਡ ਦਾ, ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ, ਸਾਡੇ HM ਸ਼੍ਰੀ ਅਮਿਤ ਸ਼ਾਹ ਜੀ ਦਾ, ਸਾਡੇ ਪਾਰਟੀ ਪ੍ਰਧਾਨ JP ਨੱਡਾ ਜੀ ਦਾ, ਸਾਡੇ ਪੰਜਾਬ ਦੇ ਇੰਚਾਰਜ ਵਿਜੇ ਰੁਪਾਨੀ ਜੀ, ਸਾਡੇ ਪੰਜਾਬ ਦੇ ਮੰਤਰੀ, ਸਾਡੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ, ਸੰਗਠਨ ਮਹਾਂ ਮੰਤਰੀ ਸ਼੍ਰੀ ਨਵਾਸ਼ਲੂ ਜੀ ਦਾ, ਸਮੁੱਚੀ ਹਾਈਕਮਾਂਡ ਦਾ, ਕਿ ਜਿਨ੍ਹਾਂ ਨੇ ਸਾਡੇ 'ਤੇ ਬੜਾ ਵੱਡਾ ਵਿਸ਼ਵਾਸ ਪ੍ਰਗਟ ਕੀਤਾ। ਅਤੇ ਮੈਂ ਜਿੱਥੇ ਸਮੁੱਚੀ ਹਾਈਕਮਾਂਡ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ, ਉੱਥੇ ਹਾਈਕਮਾਂਡ ਨੂੰ ਇਹ ਵਿਸ਼ਵਾਸ ਵੀ ਦਿਵਾਉਣਾ ਕਿ ਇਹ ਜਿਹੜੀ ਸੀਟ ਆ ਆਪਣੇ ਵਰਕਰਾਂ ਦੇ ਸਹਿਯੋਗ ਦੇ ਨਾਲ, ਲੀਡਰਸ਼ਿਪ ਦੇ ਸਹਿਯੋਗ ਦੇ ਨਾਲ, ਦਿਨ ਰਾਤ ਮਿਹਨਤ ਕਰਕੇ ਭਾਰਤੀ ਜਨਤਾ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂ। ਬਿਲਕੁਲ ਮੰਨਾ ਜੀ, ਗੱਲ ਕਰ ਲਈਏ ਤਾਂ ਜਿਹੜੀਆਂ ਨੇ ਚਾਰ ਪਾਰਟੀਆਂ ਹੁਣ ਜਿਹੜੀਆਂ ਨੇ ਮੈਦਾਨ ਦੇ ਵਿੱਚ ਨੇ, ਜਿਸ ਤਰੀਕੇ ਨਾਲ ਪਹਿਲਾਂ ਜਿਹੜਾ ਸੀ ਅਕਾਲੀ ਦਲ ਦੇ ਨਾਲ ਗੱਠਜੋੜ ਸੀ ਭਾਜਪਾ ਦਾ, ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਵੱਖ ਹੋਣ 'ਤੇ ਕੀ ਕੋਈ ਫਾਇਦੇ ਜਾਂ ਨੁਕਸਾਨ ਹੋਣਗੇ? ਹੋਣ ਦਾ ਤਾਂ ਫਾਇਦਾ ਹੋਇਆ, ਸਾਡੀ ਪਾਰਟੀ ਹਾਈਕਮਾਂਡ ਨੇ ਵਰਕਰਾਂ ਦੀ ਨਬਜ਼ ਨੂੰ ਪਛਾਣਦੇ ਹੋਏ, ਵਰਕਰਾਂ ਦੇ ਜਿਹੜੇ ਮਨ ਦੇ ਵਿਚਾਰ ਸੀ ਉਹਨਾਂ ਨੂੰ ਸੁਣ ਕੇ ਹਾਈਕਮਾਂਡ ਨੇ ਇਹ ਫੈਸਲਾ ਲਿਆ ਕਿ ਅਸੀਂ ਇਲੈਕਸ਼ਨ ਜਿਹੜੀ ਆ ਇਕੱਲਿਆਂ ਨੇ ਲੜਨੀ ਆ, ਭਾਰਤੀ ਜਨਤਾ ਪਾਰਟੀ ਨੇ ਆਪਣੇ ਬਲਬੂਤੇ 'ਤੇ ਇਲੈਕਸ਼ਨ ਜਿਹੜੀ ਇਹ ਲੜਨੀ। ਅੱਜ ਸਾਡੇ ਵਰਕਰਾਂ ਦੇ ਮਨਾਂ ਦੇ ਵਿੱਚ ਬੜਾ ਚਾਅ ਵਾ, ਬੜਾ ਜੋਸ਼ ਆ, ਬੜਾ ਉਤਸ਼ਾਹ ਵਾ, ਲੋਕ ਬੜੇ ਜੋਸ਼ ਦੇ ਨਾਲ ਲੱਗੇ ਹੋਏ ਨੇ ਕਿ ਸਾਡੀ ਭਾਰਤੀ ਜਨਤਾ ਪਾਰਟੀ ਜਿਹੜੀ ਇਕੱਲਿਆਂ ਚੋਣ ਲੜਦੀ ਆ, ਅਤੇ ਸਾਨੂੰ ਬੜਾ ਵੱਡਾ ਜਿਹੜਾ ਲੋਕਾਂ ਤੋਂ ਆਸ ਆ, ਸਹਿਯੋਗ ਦੀ ਆਸ ਆ, ਲੋਕਾਂ ਦੇ ਜੋਸ਼ ਤੋਂ ਸਾਨੂੰ ਜਿਹੜਾ ਅਨੁਭਵ ਹੁੰਦਾ ਕਿ ਅਸੀਂ ਇਹ ਸੀਟ ਜਿਹੜੀ ਆ ਬੜੇ ਵੱਡੇ ਫਰਕ ਦੇ ਨਾਲ ਜਿੱਤਾਂਗੇ, ਇਹ ਸਾਨੂੰ ਇਕੱਲਿਆਂ ਲੜਨ ਦਾ ਜਿਹੜਾ ਵਾ ਬੜਾ ਬੈਨੀਫਿਟ ਮਿਲ ਰਿਹਾ। ਬਿਲਕੁਲ, ਜੇ ਗੱਲ ਕੀਤੀ ਜਾਵੇ ਤਾਂ ਲਾਲਜੀਤ ਸਿੰਘ ਭੁੱਲਰ ਨੂੰ ਉਮੀਦਵਾਰ ਉਤਾਰਿਆ ਗਿਆ, ਕਿਸ ਤਰੀਕੇ ਨਾਲ ਦੇਖਦੇ ਹੋ ਆਮ ਆਦਮੀ ਪਾਰਟੀ ਤੋਂ ਉਹਨਾਂ ਨੂੰ ਜਿਹੜਾ ਲੋਕ ਸਭਾ ਸੀਟ ਤੋਂ ਉਮੀਦਵਾਰ ਉਤਾਰਿਆ ਗਿਆ? ਇਹ ਤਾਂ ਤੁਸੀਂ ਸਾਰੇ ਦੇਖ ਲਓਗੇ ਜਿਵੇਂ ਉਹਨਾਂ ਦਾ ਇਲੈਕਸ਼ਨ ਤੋਂ ਪਹਿਲਾਂ ਕੀ ਐਲਾਨ ਸੀ ਕਿ ਅਸੀਂ ਆਮ ਘਰਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਨੁਮਾਇੰਦਗੀਆਂ ਦੇਣਗੀਆਂ ਨੇ, ਅਤੇ ਜਿਹੜੇ ਲੋਕ ਜਿਨ੍ਹਾਂ ਨੂੰ ਇੱਕ ਕੈਬਨਿਟ ਮੰਤਰੀ ਬਣਾਇਆ ਉਹਨਾਂ ਨੂੰ ਫਿਰ ਦੁਬਾਰਾ ਜਿਹੜੀਆਂ ਉਹ MP ਦੀਆਂ ਟਿਕਟਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ, ਅਤੇ ਉਹਨਾਂ ਦੀ ਜੋ ਬੋਲ ਬਾਣੀ ਆ, ਉਹਨਾਂ ਦੀ ਸ਼ਬਦਾਵਲੀ ਆ, ਇੰਨੀ ਘਟੀਆ ਵਾ ਕਿ ਉਹ ਦੂਜਿਆਂ ਨੂੰ ਬੰਦੇ ਨੂੰ ਕਿਸੇ ਨੂੰ ਬੰਦਾ ਹੀ ਨਹੀਂ ਸਮਝਦੇ। ਉਹ ਕਹਿੰਦੇ ਮਾਫ਼ੀ ਮੰਗ ਲਈ ਹੈ ਜੀ ਪੇਜ ਤੋਂ, ਸੋਸ਼ਲ ਮੀਡੀਆ ਤੋਂ ਪਾਈ ਵੀਡੀਓ। ਇਹ ਮਾਫ਼ੀ ਮੰਗਣ ਨਾਲ ਥੋੜ੍ਹੀ ਕੁਛ ਹੁੰਦਾ ਜੀ, ਇੱਕ ਵਾਰੀ ਮੈਂ ਕਿਸੇ ਦੀ ਬੇਇੱਜ਼ਤੀ ਕਰਕੇ ਅਤੇ ਮੁੜ ਕੇ ਮੈਂ ਮਾਫ਼ੀ ਮੰਗ ਲਾਂ, ਉਹ ਗੱਲ ਬਣਦੀ ਥੋੜ੍ਹੀ ਆ। ਜਿਸ ਹਿਸਾਬ ਦੇ ਨਾਲ ਉਹਨੇ ਸਾਡੇ BC ਭਾਈਚਾਰੇ ਦੀ ਇਨਸਲਟ ਕੀਤੀ ਆ, ਉਹਨਾਂ ਨੂੰ ਇਉਂ ਮਹਿਸੂਸ ਹੋਣ ਲੱਗਾ ਕਿ ਜਿੱਦਾਂ ਅਸੀਂ ਇਹ ਦੁਨੀਆ 'ਤੇ ਰਹਿੰਦੇ ਨਹੀਂ ਆ। ਇਸ ਤਰੀਕੇ ਦੇ ਨਾਲ ਉਹਨੇ ਜਿਹੜੀ ਸ਼ਬਦਾਵਲੀ ਵਰਤੀ ਆ ਕਿ ਮੈਂ ਸਰਦਾਰਾਂ ਦਾ ਮੁੰਡਾ, ਅੱਜ ਕੱਲ੍ਹ ਕੌਣ ਘਟਿਆ, ਸਾਰੇ ਘਰੋ ਘਰੀ ਆਪੋ ਆਪਣੇ ਸਰਦਾਰ ਨੇ, ਮੈਂ ਤਾਂ ਇਹਨਾਂ ਸ਼ਬਦਾਂ ਦੀ ਜਿਹੜੀ ਆ ਕੜੜੇ ਰੂਪ ਦੇ ਵਿੱਚ ਨਿੰਦਾ ਕਰਦਾ ਕਿ ਇਹੋ ਜਿਹੀਆਂ ਗੱਲਾਂ ਸਾਨੂੰ ਇੱਕ ਜ਼ਿੰਮੇਵਾਰ, ਇੱਕ ਸੰਵਿਧਾਨਕ ਅਹੁਦੇ 'ਤੇ ਅੱਜ ਬੈਠ ਕੇ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਅਸੀਂ ਇੱਥੇ ਪੰਜਾਬ ਦੇ ਵਿੱਚ ਰਹਿੰਦੇ ਹਾਂ, ਸਾਡੀ ਇੱਕ ਭਾਈਚਾਰਕ ਸਾਂਝ ਆ, ਅਸੀਂ ਸਾਰੇ ਭਾਈਚਾਰਿਆਂ ਦੇ ਨਾਲ ਮੇਲ ਜੋਲ ਦੇ ਨਾਲ ਰਹਿੰਦੇ ਹਾਂ, ਸਾਡੇ ਸਾਰੇ ਇੱਕ ਦੂਜੇ ਦੇ ਤਿਉਹਾਰ ਸਾਂਝੇ ਨੇ, ਅਸੀਂ ਸਾਰੇ ਰਲ ਮਿਲ ਕੇ ਆਪਣੇ ਤਿਉਹਾਰ ਮਨਾਉਂਦੇ ਹਾਂ, ਪਰ ਕਿਸੇ ਭਾਈਚਾਰੇ ਨੂੰ ਇੰਨਾ ਨੀਵਾਂ ਦਿਖਾਉਣਾ, ਮੈਂ ਸਮਝਣਾ ਕਿ ਬਹੁਤ ਜਿਹੜੀ ਉਹਨਾਂ ਦੀ ਸੌੜੀ ਜਿਹੜੀ ਸੋਚ ਆ, ਇਹਦੀ ਮੈਂ ਕੱਢੜੇ ਸ਼ਬਦਾਂ 'ਚ ਨਿੰਦਾ ਕਰਦਾ। ਮੈਂ ਤਾਂ ਬੇਨਤੀ ਇਹ ਕਰੂੰਗਾ ਸਾਰੇ ਖਡੂਰ ਸਾਹਿਬ ਦੇ ਸਮੁੱਚੇ ਵੋਟਰਾਂ ਨੂੰ ਕਿ ਵੀਰੋ, ਕੰਧ 'ਤੇ ਲਿਖਿਆ ਕਿ ਤੀਜੀ ਵਾਰੀ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ, ਅਤੇ ਜੇ ਸਾਨੂੰ ਇਸ ਗੱਲ ਦੀ ਸਮਝ ਲੱਗ ਚੁੱਕੀ ਆ ਕਿ ਮੋਦੀ ਸਾਹਿਬ ਨੇ ਤੀਜੀ ਵਾਰੀ ਫਿਰ ਪ੍ਰਧਾਨ ਮੰਤਰੀ ਬਣਨਾ,
ਅਤੇ ਫਿਰ ਸਾਨੂੰ ਸਾਰਿਆਂ ਨੂੰ ਇਹ ਫੈਸਲਾ ਕਰਨਾ ਚਾਹੀਦਾ ਕਿ ਅਸੀਂ ਖਡੂਰ ਸਾਹਿਬ ਲੋਕ ਸਭਾ ਦੀ ਜਿਹੜੀ ਸੀਟ ਆ ਇਹ ਵੀ ਜਿੱਤ ਕੇ ਮੋਦੀ ਸਾਹਿਬ ਦੀ ਝੋਲੀ ਦੇ ਵਿੱਚ ਪਾਈਏ, ਉਹ ਸਰਕਾਰ ਦਾ ਹਿੱਸਾ ਬਣੀਏ। ਅਤੇ ਜੇ ਸਾਡਾ ਇੱਥੋਂ ਨੁਮਾਇੰਦਾ ਜਿੱਤ ਕੇ ਜਾਊਗਾ, ਜੋ ਪਾਰਟੀ ਦੇ ਨੁਮਾਇੰਦੇ ਨੇ ਉੱਥੇ ਜਾ ਕੇ ਗੱਲ ਕਰ ਲੈਣੀ ਆ ਜਾਂ ਉਹਦੀ ਗੱਲ ਸੁਣੀ ਜਾਣੀ ਆ, ਹੋਰ ਕੋਈ ਨੁਮਾਇੰਦਾ ਅਸੀਂ ਇੱਥੋਂ ਜਿਤਾ ਕੇ ਭੇਜ ਦਿਆਂਗੇ, ਉਹਦੀ ਗੱਲ ਕੋਈ ਬਹੁਤੀ ਉੱਥੇ ਸੁਣੀ ਨਹੀਂ ਜਾਣੀ। ਸੋ ਮੇਰੀ ਬੇਨਤੀ ਹੈ ਕਿ ਆਪਾਂ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦਾ ਜਿਤਾ ਕੇ ਭੇਜੀਏ, ਤਾਂ ਕਿ ਸਾਡੇ ਇਹ ਜਿਹੜੀ ਸਰਹੱਦੀ ਬਾਰਡਰ ਬੈਲਟ ਆ ਸਾਡੀ, ਸਾਡੇ ਬਾਰਡਰ ਦੇ ਬੜੇ ਵੱਡੇ ਮਸਲੇ ਨੇ ਸਾਡੇ, ਖਾਸ ਕਰਕੇ ਇੱਥੇ ਜਿਵੇਂ ਤਾਰਾਂ ਤੋਂ ਪਾਰ ਕਿਸਾਨਾਂ ਦੀ ਜ਼ਮੀਨ ਆ, ਉਹਨਾਂ ਦਾ ਮਸਲਾ, ਉਹਦੇ ਮੁਆਵਜ਼ੇ ਦੀ ਗੱਲ ਆ, ਕਿਸਾਨਾਂ ਨੂੰ ਉੱਥੇ ਜਾਣ ਆਉਣ ਦੀ ਮੁਸ਼ਕਲ ਆ, ਅਤੇ ਸਭ ਤੋਂ ਵੱਡਾ ਜਿਹੜਾ ਇੱਕ ਮਸਲਾ ਇੱਥੇ ਮੁਸ਼ਕਲ ਆ, ਇੱਕ ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਆ, ਨਸ਼ੇ ਦਾ ਜਿਹੜਾ ਵਾ, ਸਾਨੂੰ ਨਸ਼ੇ ਦੇ ਵਾਲੇ ਪਾਸੇ ਸਾਰਿਆਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇੱਕਜੁੱਟ ਹੋਣਾ ਚਾਹੀਦਾ। ਸਾਡੀ ਨੌਜਵਾਨੀ ਜਿਹੜੀ ਬਰਬਾਦ ਹੋ ਰਹੀ ਆ, ਉਹ ਤਾਂ ਹੀ ਠੱਲ ਪੈ ਸਕਦੀ ਆ ਕਿ ਜੇ ਅਸੀਂ ਇੱਥੋਂ ਆਪਣਾ ਨੁਮਾਇੰਦਾ ਚੁਣ ਕੇ ਭੇਜਾਂਗੇ, ਅਤੇ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਵਿੱਚ ਸਰਕਾਰ ਵੀ ਭਾਰਤੀ ਜਨਤਾ ਪਾਰਟੀ ਦੀ ਬਣਾਈਏ, ਤਾਂ ਇਹ ਸਾਰਾ ਕੁਝ ਮਸਲੇ ਜਿਹੜੇ ਆ ਉਹ ਹੱਲ ਹੋ ਸਕਣ। ਕਈ ਵਾਰ ਤੁਸੀਂ ਬਾਬੇ ਬਕਾਲੇ ਤੋਂ ਵਿਧਾਇਕ ਰਹੇ ਹੋ, ਔਰ ਉਸ ਤੋਂ ਬਾਅਦ ਜਿਹੜੀਆਂ ਨੇ ਦਰਿਆਈ ਖੇਤਰ ਦੇ ਵਿੱਚ ਜਿਹੜੇ ਕਿਸਾਨ ਰਹਿੰਦੇ ਨੇ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜਿਵੇਂ ਹੜ੍ਹਾਂ 'ਚ ਗੱਲ ਕਰ ਲਈਏ ਤਾਂ ਉਹਨਾਂ ਦੀ ਫਸਲ ਜਿਹੜੀ ਸੀ ਬਰਬਾਦ ਹੋ ਜਾਂਦੀ ਸੀ, ਉਸ ਨੂੰ ਕਿਸ ਤਰੀਕੇ ਨਾਲ ਦੇਖਦਾ? ਅਸੀਂ ਜਦੋਂ ਸਰਕਾਰ ਦੇ ਵਿੱਚ ਰਹੇ ਸੀ ਬੜੇ ਕੰਮ ਕਰਾਏ ਨੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ, ਜਿਵੇਂ ਸਪਰ ਲੱਗਣ ਦੀ ਗੱਲ ਸੀ, ਬੜੀ ਜਗ੍ਹਾ 'ਤੇ ਅਸੀਂ ਸਪਰ ਜਿਹੜੇ ਲਵਾ ਕੇ ਦਿੱਤੇ ਆ, ਜਿੰਨੀ ਕੋਸ਼ਿਸ਼ ਕਰ ਸਕਦੇ ਸੀ ਉਨੀ ਕੋਸ਼ਿਸ਼ ਅਸੀਂ ਕੀਤੀ ਆ, ਪਰ ਉਹ ਕਈ ਵਾਰੀ ਕਈ ਮਸਲੇ ਜਿਹੜੇ ਆ ਉਹ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦੇ, ਉਹ ਸਾਨੂੰ ਸੈਂਟਰ ਗੌਰਮੈਂਟ ਨਾਲ ਡਿਸਕਸ ਕਰਨੇ ਪੈਂਦੇ ਨੇ। ਸੋ ਮੇਰੀ ਬੇਨਤੀ ਆ ਕਿ ਆਪਾਂ ਤਕੜੇ ਹੋ ਕੇ ਇੱਥੋਂ ਦਾ ਜਿਹੜਾ ਨੁਮਾਇੰਦਾ, ਮੈਂ ਵਾਰ ਵਾਰ ਵੇਰੇ ਉਹੀ ਗੱਲ ਕਰ ਰਿਹਾ ਕਿ ਨੁਮਾਇੰਦਾ ਭੇਜੀਏ, ਤਾਂ ਸਾਡੇ ਮਸਲੇ ਜਿਹੜੇ ਆ ਉਹ ਹੱਲ ਹੋਣੇ ਆ। ਜੋ ਮੋਦੀ ਸਾਹਿਬ ਦੇ ਮਨ ਦੀ ਵੀ ਸੋਚ ਆ ਕਿ ਮੈਂ ਪੰਜਾਬ ਦੇ ਵਿੱਚ ਕੁਛ ਨਾ ਕੁਛ ਕਰਕੇ ਜਾਵਾਂ, ਖਾਸ ਕਰਕੇ ਸਿੱਖਾਂ ਵਾਸਤੇ, ਕਿਸਾਨਾਂ ਵਾਸਤੇ, ਮੋਦੀ ਸਾਹਿਬ ਦੇ ਮਨ ਦੇ ਵਿੱਚ ਚਾਹ ਵਾ ਕਿ ਮੈਂ ਉਹਨਾਂ ਵਾਸਤੇ ਕੁਛ ਕਰਾਂ, ਅਤੇ ਸਾਡਾ ਜੇਕਰ ਨੁਮਾਇੰਦਾ ਉੱਥੇ ਹੋਊਗਾ ਉਹ ਸਾਡੀ ਲੋਕਾਂ ਦੀ ਉੱਥੇ ਜਾ ਕੇ ਗੱਲ ਕਰ ਸਕੂਗਾ। ਮੇਰੀ ਤਾਂ ਇਹ ਹੱਥ ਜੋੜ ਕੇ ਲੋਕਾਂ ਦੇ ਚਰਨਾਂ 'ਚ ਬੇਨਤੀ। ਮੰਨਾ ਜੀ, ਜੇ ਗੱਲ ਕਰ ਲਈਏ ਤਾਂ ਆਪਣਾ ਮੁਕਾਬਲਾ ਮਨਜੀਤ ਸਿੰਘ ਮੰਨਾ ਜੀ ਕਿਸ ਉਮੀਦਵਾਰ ਨਾਲ ਦੇਖਦੇ ਨੇ? ਜਦੋਂ ਜੀ ਇਲੈਕਸ਼ਨ ਹੁੰਦੀ ਆ, ਸਾਰੇ ਉਮੀਦਵਾਰ ਹੀ ਮੈਦਾਨ ਦੇ ਵਿੱਚ ਜਿੱਤਣ ਵਾਸਤੇ ਆਉਂਦੇ ਨੇ, ਪਰ ਇਹ ਤਾਂ ਲੋਕਾਂ ਦੇ ਹੱਥ ਦੇ ਵਿੱਚ ਆ। ਜਨਤਾ ਨੇ ਫਤਵਾ ਦੇਣਾ ਉਹ ਕਿਹਨੂੰ ਇਹ ਤਾਜ ਦਿੰਦੀ ਆ, ਕਿਹਨੂੰ ਸੇਵਾ ਦਾ ਮੌਕਾ ਦਿੰਦੀ ਆ। ਸਾਡਾ ਤਾਂ ਜਨਤਾ ਦੇ ਫਤਵੇ ਅੱਗੇ ਸਿਰ ਝੁਕਦਾ, ਉਹ ਜਿਹਨੂੰ ਵੀ ਸੇਵਾ ਦਾ ਮੌਕਾ ਦੇਣਗੇ, ਜੇ ਜਨਤਾ ਸਾਨੂੰ ਸੇਵਾ ਦਾ ਮੌਕਾ ਦੇਊਗੀ ਤਾਂ ਅਸੀਂ ਤਕੜੇ ਹੋ ਕੇ ਜਿਹੜੀਆਂ ਸਰਹੱਦੀ ਬੈਲਟ ਦੀਆਂ ਮੁਸ਼ਕਲਾਂ ਨੇ, ਡਿਮਾਂਡਾਂ ਨੇ ਜਾਂ ਕੰਮ ਨੇ, ਜਾਂ ਇੱਥੋਂ ਦੇ ਵਾਸਤੇ ਖਾਸ ਪੈਕੇਜ ਲੈ ਕੇ ਆਉਣਾ, ਜਿਵੇਂ ਸਾਡੀਆਂ ਕਿਸਾਨਾਂ ਦੀਆਂ ਸਰਹੱਦੀ ਬੈਲਟ ਦੀਆਂ ਹੈਗੀਆਂ ਨੇ, ਉਹ ਤਾਰ ਦਾ ਮਸਲਾ ਵਾ, ਤਾਰ ਤੋਂ ਪਾਰ ਜ਼ਮੀਨ ਦਾ ਮਸਲਾ ਵਾ, ਕਿਸਾਨਾਂ ਦੇ ਮੁਆਵਜ਼ੇ ਦਾ ਮਸਲਾ ਵਾ, ਉਹ ਸਾਰੇ ਮਸਲੇ ਜਿਹੜੇ ਆ ਅਸੀਂ ਹੱਲ ਕਰਾ ਕੇ ਦੇਵਾਂਗੇ। ਇਹ ਤਾਂ ਅਸੀਂ ਜਨਤਾ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਉਹ ਕਿਹਨੂੰ ਸੇਵਾ ਦਾ ਮੌਕਾ ਦਿੰਦੀ ਆ, ਇਹ ਜਨਤਾ ਦੇ ਹੱਥ ਦੇ ਵਿੱਚ। ਬਿਲਕੁਲ, ਧੰਨਵਾਦ। ਇਹ ਸਨ ਮਨਜੀਤ ਸਿੰਘ ਮੰਨਾ ਜੀ। ਔਰ ਜੇ ਗੱਲ ਕੀਤੀ ਜਾਵੇ ਤਾਂ ਹਰ ਇੱਕ ਪਾਰਟੀ ਲੋਕ ਸਭਾ ਚੋਣਾਵਾਂ ਦੇ ਵਿੱਚ ਜਿਹੜਾ ਫਿਲਹਾਲ ਜਿਹੜਾ ਆਮ ਆਦਮੀ ਪਾਰਟੀ ਦਾ ਲਾਲਜੀਤ ਸਿੰਘ ਭੁੱਲਰ ਟਿਕਟ ਦਿੱਤੀ ਗਈ, ਔਰ ਦੂਸਰੀ ਟਿਕਟ ਬੀਜੇਪੀ ਤੋਂ ਮਨਜੀਤ ਸਿੰਘ ਮੰਨਾ ਨੂੰ ਦਿੱਤੀ ਗਈ। ਹਾਲਾਂਕਿ ਅਕਾਲੀ ਦਲ ਔਰ ਕਾਂਗਰਸ ਦੀ ਟਿਕਟ ਅਨਾਊਂਸ ਹੋਣੀ ਲੋਕ ਸਭਾ ਸੀਟ 'ਤੇ ਬਾਕੀ ਹੈ।